ਸਤਿ ਸ਼੍ਰੀ ਅਕਾਲ ਦੋਸਤੋ, ਟੂਡੇ ਨਿਊਜ਼ ਲਾਈਵ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ। ਇਸ ਵੇਲੇ ਦੀ ਵੱਡੀ ਖਬਰ, ਕੈਂਸਰ ਪੀੜਤ ਮਸ਼ਹੂਰ ਬਾਲੀਵੁੱਡ ਅਦਾਕਾਰ ਕਿਰਨ ਖੇਰ ਬਾਰੇ ਹੁਣ ਆਈ ਇਹ ਵੱਡੀ ਖਬਰ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਤਾਂ ਤੁਹਾਨੂੰ ਵੀਡੀਓ ਬਾਰੇ ਸਾਰੀ ਇਨਫੋਰਮੇਸ਼ਨ ਮਿਲ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ ਫਿਲਮੀ ਅਦਾਕਾਰ ਕਿਰਨ ਖੇਰ ਜਿੱਥੇ ਪਿਛਲੀ ਦਿਨੀ ਬਿਮਾਰ ਸੀ ਅਤੇ ਕੋਰੋਨਾ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਮਦਦ ਲਈ ਰਾਸ਼ੀ ਵੀ ਦਾਨ ਕੀਤੀ ਗਈ ਸੀ। ਫਿਲਮੀ ਅਦਾਕਾਰ ਕਿਰਨ ਖੇਰ ਨੂੰ ਆਪਣੇ ਸੰਤੀ ਇਲਾਕੇ ਚੰਡੀਗੜ੍ਹ ਵਿੱਚ ਨਾ ਦੇਖੇ ਜਾਣ 'ਤੇ ਉਹਨਾਂ ਦੇ ਪਾਰਟੀ ਦੇ ਇੱਕ ਆਗੂ ਵੱਲੋਂ ਹੀ ਉਹਨਾਂ ਤੋਂ ਕੈਂਸਰ ਤੋਂ ਪੀੜਤ ਹੋਣ ਬਾਰੇ ਦੱਸਿਆ ਗਿਆ ਸੀ। ਇਸ ਸਮੇਂ ਫਿਲਮੀ ਅਦਾਕਾਰ ਕਿਰਨ ਖੇਰ ਦਾ ਇਲਾਜ ਮੁੰਬਈ ਦੇ ਕੋਕੋ ਬਿਲਾਬੇਨ ਹਸਪਤਾਲ ਵਿੱਚ ਚੱਲ ਰਿਹਾ ਹੈ, ਜਿਸ ਦੀ ਜਾਣਕਾਰੀ ਕਿਰਨ ਖੇਰ ਦੇ ਪਤੀ ਅਦਾਕਾਰ ਅਨੁਪਮ ਖੇਰ ਵੱਲੋਂ ਦਿੱਤੀ ਗਈ ਹੈ। ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦੇ ਇਸ ਬਿਮਾਰੀ ਦਾ ਉਸ ਸਮੇਂ ਪਤਾ ਲੱਗਾ ਜਦੋਂ 11 ਨਵੰਬਰ 2019 ਨੂੰ ਘਰ ਵਿੱਚ ਡਿੱਗਣ ਕਾਰਨ ਕਿਰਨ ਖੇਰ ਦਾ ਖੱਬਾ ਹੱਥ ਟੁੱਟ ਗਿਆ ਸੀ। ਉਸ ਸਮੇਂ ਉਹਨਾਂ ਨੂੰ ਮਲਟੀਪਲ ਮਾਇਲੋਲਾ ਦੀ ਸ਼ਿਕਾਇਤ ਦੱਸੀ ਗਈ ਸੀ। ਅਨੁਪਮ ਖੇਰ ਨੇ ਹਾਲ ਵਿੱਚ ਹੀ ਆਪਣੀ ਪਤਨੀ ਕਿਰਨ ਖੇਰ ਦੀ ਬਿਮਾਰੀ ਬਾਰੇ ਪ੍ਰਸ਼ੰਸਾ ਵਿੱਚ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਹਨਾਂ ਨੇ ਕਿਰਨ ਨੂੰ ਬਲੱਡ ਕੈਂਸਰ ਤੋਂ ਪੀੜਤ ਦੱਸਿਆ। ਜਿੱਥੇ ਕਿਰਨ ਖੇਰ ਦਾ ਹਸਪਤਾਲ ਵਿੱਚ ਅਪ੍ਰੈਲ ਤੋਂ ਹੀ ਇਲਾਜ ਚੱਲ ਰਿਹਾ ਸੀ, ਉੱਥੇ ਹੀ ਇਸ ਹਸਪਤਾਲ ਵਿੱਚ ਲੋਕਾਂ ਦੀ ਬੋਨ ਮੈਰੋ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਹੁਣ ਮੈਰੋ ਸਰਜਰੀ ਸਫਲ ਹੋ ਗਈ ਹੈ। ਇਸ ਬਿਮਾਰੀ ਵਿੱਚ ਇੱਕ ਕਿਸਮ ਦਾ ਖੂਨ ਦਾ ਕੈਂਸਰ ਹੋ ਜਾਂਦਾ ਹੈ। ਅਨੁਪਮ ਖੇਰ ਨੇ ਕਿਰਨ ਖੇਰ ਲਈ ਅਰਦਾਸ ਕਰਨ ਵਾਲੇ ਉਹਨਾਂ ਪ੍ਰਸ਼ੰਸਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਜਲਦ ਸਿਹਤਮੰਦ ਹੋਣ ਦੇ ਲਈ ਅਰਦਾਸਾਂ ਕੀਤੀਆਂ ਅਤੇ ਲਿਖਿਆ ਹੈ ਉਹ ਠੀਕ ਹੋ ਰਹੀ ਹੈ। 68 ਸਾਲ ਅਦਾਕਾਰ ਕਿਰਨ ਖੇਰ ਪਿਛਲੇ 5 ਮਹੀਨਿਆਂ ਤੋਂ ਇਸ ਬਿਮਾਰੀ ਤੋਂ ਪੀੜਤ ਹੈ।